ਹਲਵੰਤ ਘਰੇ ਪਹਿਲੇ ਰੋਟੀ ਨੂਰੇ ਨੂੰ ਖਵਾ, ਮਸਾਂ ਮਸਾਂ ਤਾਂ ਸੁੱਖਾ ਸੁੱਖ ਸੁੱਕ ਕੇ ਹੈ ਰੱਬ ਕੋਲ। ਨਾ ਜੀ, ਗੁਰਜੀਤ ਕਿਹੜਾ ਨੂਰਦੀਪ ਨਾਲੋਂ ਘੱਟ ਹੈ। ਅੱਜ ਕੱਲ ਨੀ ਕੋਈ ਫਰਕ ਕਰਦਾ ਮੁੰਡੇ ਕੁੜੀ ਚ। ਨਾਲੇ ਇੱਕ ਗੱਲ ਸੁਣ ਲੋ ਮੇਰੀ, ਆਪਣਾ ਇੱਕ ਪੁੱਤ ਨੀ ਦੋ ਪੁੱਤ ਨੇ ਦੋ। ਰੋਟੀ ਤਾਂ ਪਹਿਲਾਂ ਮੇਰਾ ਗੁਰਜੀਤ ਹੀ ਖਾਊਗਾ, ਨਾਲੇ ਇਹਨੇ ਤਾਂ ਨਾਲ ਦੇ ਪਿੰਡ ਚ ਜਾ ਕੇ ਪੜ੍ਹਾਈ ਕਰਕੇ ਆਉਣੀ ਹੈ। ਨੂਰਦੀਪ ਤਾਂ ਸਕੂਲ ਪਿੰਡ ਚ ਹੈ। ਛੇਤੀ ਆ, ਛੇਤੀ ਆ ਗਿਆ ਮੈਂ ਟਿਕਾਣੇ ਤੇ। ਜਲਦੀ ਆ ਜਾ ਸੜਕ ਤੇ ਗਿਰਾ। ਉਹ ਗੱਲ ਸੁਣਾ ਮੇਰੀ ਇੱਧਰ, ਅਟਲ ਸਿੰਘ ਦੀ ਕੁੜੀ ਨੇ ਚੜਾਤਾ ਚੰਦ ਆਪਣੇ ਪਿੰਡ ਵਾਲੇ ਦੇ ਨੇ। ਲੈ ਕੀ ਹੋ ਗਿਆ? ਲੈ ਹੋਣਾ ਕੀ ਸੀ, ਪਿੰਡ ਦੇ ਮਲੰਗ ਜੇ ਮੁੰਡੇ ਨਾਲ ਨਿਕਲ ਗਈ, ਨਾਲੇ ਤਾਂ ਮਾਂ ਪਿਓ ਦੀ ਇੱਜ਼ਤ ਮਿੱਟੀ ਚ ਮਿਲਾ ਗਈ ਤੇ ਨਾਲੇ ਸਾਰੇ ਪਿੰਡ ਦੀ ਬੇਇੱਜ਼ਤੀ ਕਰਾ ਗਈ। ਲੋ ਬੜਾ ਕੰਮ ਹੋਇਆ। ਟਾਟਾ ਜੀ, ਟਾਟਾ ਜੀ, ਟੇਲੇ ਬਾਪੂ ਨੇ ਫਾਹਾ ਲੈ ਲਿਆ।
ਇਹ ਦੇਖੋ ਦੋ ਘਰ ਤਾਂ ਇਹ ਪੜਦੇ, ਤੀਜਾ ਉਹ ਪੜਦਾ ਜਿੱਥੇ ਮੰਗੀ ਸੀਗੀ। ਨਾ ਹੋਰ ਪੜਾ ਲਓ ਕੁੜੀਆਂ ਨੂੰ, ਚਲੋ ਚੱਲੀਏ ਬਈ। ਚਲੋ ਯਾਰ ਉੱਠੋ, ਚਲੋ ਚਲੋ। ਗੁੱਟ ਤੇ ਰੱਖੜੀ ਬੰਨਣੇ ਵਾਲੀ ਅੱਜ ਨੱਕ ਹੀ ਵੱਜ ਗਈ ਐ, ਫਾਂਸੀ ਲੈ ਗਏ ਪਿਓ ਦੀ ਲਾਸ਼ ਪਿੱਪਲ ਤੇ ਛੱਡ ਗਈ ਐ, ਗੁੱਟ ਤੇ ਰੱਖੜੀ ਬੰਨਣੇ ਵਾਲੀ ਅੱਜ ਨੱਕ ਹੀ ਵੱਜ ਗਈ ਐ, ਫਾਂਸੀ ਲੈ ਗਏ ਪਿਓ ਦੀ ਲਾਸ਼ ਪਿੱਪਲ ਤੇ ਛੱਡ ਗਈ। ਕੀ ਸੋਚੀ ਜਾਨੀ ਹੈ? ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ ਹੁਣ। ਉਹ ਮਿਰਜ਼ਾ ਸੀ ਨਾ, ਮਿਰਜ਼ਾ ਸਾਹਿਬਾਂ ਨੂੰ ਕੱਢ ਕੇ ਲਿਆ ਸੀ, ਨਾ ਐ ਜੱਟ ਦਾ। ਤੂੰ ਕਿਵੇਂ ਬਾਹਲੀ ਉਦਾਸ ਹੋਈ ਜਾਨੀ ਹੈ, ਕਰਦਾ ਚੇਤਾ ਆ ਗਿਆ ਕਿ ਤੇਰੇ ਮੰਗੇਤਰ ਸਰਦਾਰ ਸੁਰਮੁਖ ਸਿੰਘ ਸੁੱਖੀ ਦਾ ਤੂੰ ਆਪ ਤਾਂ ਕਹਿੰਦੀ ਸੀਗੀ, ਤੂੰ ਸੁਰਮੁਖ ਸਿੰਘ ਦੀ ਫੋਟੋ ਦਿਖਾਈ ਸੀ ਨਾ ਤੇਰੀ ਸਹੇਲੀ ਰੂਬਲ ਨੂੰ, ਉਹ ਵੀ ਕਹਿੰਦੀ ਸੀਗੀ ਇਹਨਾਂ ਪੇਂਡੂ ਮਾਪਿਆਂ ਨੂੰ ਕੀ ਪਤਾ ਹੈਗਾ ਪੜ੍ਹੀਆਂ ਲਿਖੀਆਂ ਕੁੜੀਆਂ ਦੇ ਜਜ਼ਬਾਤਾਂ ਦਾ। ਤੂੰ ਆਪ ਮਨਾ ਕੀਤਾ ਸੀਗਾ ਤੇ ਕਿਹਾ ਸੀ ਤੈਨੂੰ ਹੀਰੋ ਟਾਈਪ ਮੁੰਡੇ ਪਸੰਦ ਨੇ, ਸਰਦਾਰ ਨਹੀਂ ਕਿਹਾ ਸੀ ਨਾ, ਕਿਹਾ ਸੀ ਨਾ। ਹਾਂ ਹਾਂ, ਫਿਰ ਕੀ ਸੋਚੀ ਜਾਨੀ ਹੈ? ਫੋਨ ਕਰਤਾ ਮੈਂ, ਬਾਈਕ ਆ ਗਈ ਮੇਰੀ, ਦੋ ਮਿੰਟਾਂ 'ਚ ਆਪਾਂ ਤਿੱਤਰ ਹੋ ਜਾਵਾਂਗੇ। ਲੈ ਮੇਰਾ ਪੁੱਤ ਚਾਹ ਪੀ ਲਾ। ਤੇਰੀ ਭੂਆ ਨੇ ਫੋਟੋ ਭੇਜੀ ਸੀ ਮੁੰਡੇ ਦੀ, ਤੂੰ ਵੇਖ ਲਿਆ ਸੀ? ਸਰਦਾਰ ਸਰਮੁਖ ਸਿਓ ਨਾਮ ਹੈ, ਉਹ ਸੁੱਖੀ ਸੁੱਖੀ ਕਹਿੰਦੇ ਹੈ, ਤੂੰ ਵੇਖ ਲਈ ਸੀ? ਜੇ ਤਾਂ ਤੈਨੂੰ ਫਿੱਟ ਹੈ ਫੇਰ ਹਾਂ ਆਖੀ, ਨਹੀਂ ਮੇਰੇ ਗੁਰਜੀਤ ਪੁੱਤ ਨੂੰ ਮੁੰਡਿਆਂ ਦਾ ਕੋਈ ਘਾਟਾ ਨਹੀਂ, ਪਸੰਦ ਹੈ? ਹਾਂ ਬੇਬੇ ਪਸੰਦ ਹੈ, ਮੇਰੇ ਬਾਪੂ ਦੀ ਬੇਦਾਗ ਪੱਗ ਵਰਗਾ। ਵੇ ਨੂਰਦੀਪ, ਮਖਾ ਜੀ ਸੁਣਦੇ ਹੋ, ਮੁੰਡਾ ਫਿੱਟ ਹੈ ਗੁਰਜੀਤ ਨੂੰ। ਅੱਛਾ, ਮੁੰਡਾ ਫਿੱਟ ਹੋ ਗਿਆ। ਓਏ ਨੂਰੇ, ਆ ਭੱਜ ਕੇ।